ਸੀ ਸੁਣ ਰਹੇ ਹੋ ਚਾਵਲਾ نیوز ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਕਿਦਾ ਸਾਡਾ ਸਵਾਗਤ ਹੈ ਵੇਰਕਮ ਜੀ ਆਨੂੰ ਸਤ ਸ੍ਰੀ ਅਕਾਲ ਕਿਦਾ ਸਰਦਾਰ ਸਾਡਾ ਸਰੋਤਿਆਂ ਨੂੰ ਜੀ ਮਾਫ ਕਰਨਾ ਅਸਤ ਚਾ ਰਸਤੇ ਵਿੱਚ ਸਟੂਡੀਓ ਦੇ ਰਸਤੇ ਚ ਨਾ ਪਾਣੀ ਬੜਾ ਹੈਗਾ ਨਦੀ ਦਾ ਪਟਾਲਾ ਨਦੀ ਬਹੁਤ ਚੜ ਰਹੀ ਹੈ ਮੈਂ ਉੱਥੋਂ ਹੀ ਸ਼ੁਰੂ ਕਰਨਾ ਜੀ ਤੁਹਾਡੇ ਨਾਲ ਕੋਈ ਗੱਲ ਨਹੀਂ ਆਪਾਂ ਟੈਲੀਫੋਨ ਦੀ ਲਾਈਨ ਤੇ ਚਲੋ ਇੰਨਾ ਕਿ ਸਾਡੇ ਕੋਲ ਇਹ ਸਾਧਨ ਹੈ ਵੀਡੀਓ ਨਹੀਂ ਵੀ ਆ ਰਹੀ ਕੋਈ ਵੱਡੀ ਗੱਲ ਨਹੀਂ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕਰੋਪੀ ਹੈ ਪੂਰੇ ਸਮਝ ਲੋਗੇ ਜਿਹੜਾ ਸਾਡਾ ਖਾਸ ਤੌਰ ਤੇ ਹਿਮਾਚਲ ਹੋਇਆ ਪੰਜਾਬ ਹੋਇਆ ਇਧਰ ਸਾਡਾ ਜਿਹੜਾ ਹੈ ਹਿਮਾਚਲ ਦੇ ਨਾਲ ਨਾਲ ਹਰਿਆਣਾ ਹੋ ਗਿਆ ਖਾਸ ਤੌਰ ਤੇ ਜਿਹੜੇ ਇਹ ਏਰੀਏ ਨੇ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜਾ ਹੈ ਅੱਜ ਸੋਸ਼ਲ ਨੈਟਵਰਕ ਮੀਡੀਆ ਜਦੋਂ ਵੇਖੀਦਾ ਹੈ ਤਾਂ ਜਿਹੜਾ ਅੱਜ ਦਾ ਨੌਜਵਾਨ ਵਰਗ ਹੈ ਉਹਨਾਂ ਨੇ ਸ਼ਾਇਦ 1988 ਦੇ ਵਿੱਚ ਜਦੋਂ ਉਦੋਂ ਕੋਈ ਇਹੋ ਜਿਹਾ ਕੋਈ ਸੋਸ਼ਲ ਨੈਟਵਰਕ ਮੀਡੀਆ ਨਹੀਂ ਸੀਗਾ ਇਲਾਕੇ ਦੇ ਲੋਕ ਫਸੇ ਹੁੰਦੇ ਸਨ ਇੱਕ ਤੋਂ ਦੂਜੀ ਥਾਂ ਤੇ ਕੋਈ ਇਹੋ ਜਿਹਾ ਕੋ ਸਾਧਨ ਨਹੀਂ ਸੀ ਹੁੰਦੇ ਕਿ ਆਵਾਜ਼ਾਂ ਪਹੁੰਚ ਜਾਣ ਜਾਂ ਵੀਡੀਓ ਪਹੁੰਚ ਜਾਣ ਜਾਂ ਇਨਫੋਰਮੇਸ਼ਨ ਪ੍ਰੋਪਰ ਪਹੁੰਚ ਜਾਵੇ ਉਸ ਵਕਤ ਹਾਲਾਤ ਅਸੀਂ ਵੇਖੇ ਨੇ ਸਾਡੇ ਕੋਲ ਕਿ ਬਿਆਸ ਦਰਿਆ ਜਿਹੜਾ ਸੀਗਾ ਉਹ ਵਸੀਂ ਵੇਖਿਆ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਸੀ ਜੋ ਇਸ ਵਕਤ ਸਥਿਤੀ ਹੈ ਖਾਸ ਤੌਰ ਤੇ ਪਟਿਆਲੇ ਵਰਗੇ ਸ਼ਹਿਰ ਦੇ ਵਿੱਚ ਵੀ ਜਾਂ ਹੋਰ ਨਾ ਪਿੰਡਾਂ ਦੇ ਵਿੱਚ ਵੀ ਹੋਰ ਨਾ ਕਸਬਿਆਂ ਦੇ ਵਿੱਚ ਵੀ ਕਾਫੀ ਕਾਫੀ ਕੀ ਕ ਲਫ਼ਜ਼ ਬੇ ਕੋ ਭਾਵੇਂ ਮੂੰਹ ਦੇ ਵਿੱਚ ਨਹੀਂ ਪਰ ਨਿਕਲ ਨਹੀਂ ਰਿਹਾ ਬਹੁਤ ਭਿਆਨਕ ਸਥਿਤੀ ਕਹੀ ਜਾ ਸਕਦੀ ਹੈ ਪਸ਼ੂ ਰੋੜਦੇ ਜਾ ਰਹੇ ਨੇ ਮੱਜਾਂ ਘਾਵਾਂ ਰੋੜਦੀਆਂ ਜਾ ਰਹੀਆਂ ਨੇ ਟਰੈਕਟਰ ਟਰਾਲੀਆਂ ਕਾਰਾਂ ਰੋੜਦੀਆਂ ਜਾ ਰਹੀਆਂ ਨੇ ਕੱਲ ਤੱਕ ਜਿਹੜੇ ਆਪਣੇ ਮਹਿਲਾਂ ਦੇ ਵਿੱਚ ਘਰਾਂ ਦੇ ਵਿੱਚ ਭਾਵੇਂ ਗਰੀਬ ਸੀ ਚਾਹੇ ਅਮੀਰ ਸੀ ਭਾਵੇਂ ਝੁੱਗੀ ਸੀ ਚਾਹੇ ਉਹ ਮਹਿਲ ਦੇ ਵਿੱਚ ਸੀ ਆਪਣੇ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਦੀ ਸੀ ਜ਼ਿੰਦਗੀ ਬਤੀਤ ਕਰ ਰਿਆ ਸੀ ਅੱਜ 2 2 3 3 ਦਿਨ ਤੋਂ ਵੀਡੀਓਜ਼ ਦੇ ਵਿੱਚ ਵੇਖ ਰਹੇ ਹਾਂ ਦਰਦ ਨਿਕਲ ਰਿਹਾ ਹੈ ਕਿ ਉਹਨਾਂ ਨੇ ਨਹੀਂ ਖਾਣਾ ਖਾਦਾ ਕੋਠਿਆਂ ਤੇ ਜ਼ਿੰਦਗੀ ਬਤੀਤ ਕਰ ਰਹੇ ਨੇ ਔਰ ਹਾਲਾਤ ਕਾਫੀ ਮਤਲਬ ਖਤਰਨਾਕ ਸਥਿਤੀਆਂ ਉਹਲੇ ਦਿਨਾਂ ਦੇ ਵਿੱਚ ਕਿਤੇ ਕਿ ਮੀਂਹ ਹੋਰ ਵੀ ਪੈ ਸਕਦਾ ਹੈ ਔਰ ਕੀ ਕਹਿਣਾ ਚਾਹੋਗੇ ਇਸ ਵਕਤ ਜੋ ਸਥਿਤੀ ਬਣੀ ਹੋਈ ਹੈ کافی کافی ਹਾਲਾਤ کافی ਮਾੜੇ ਨੇ ਚਾਹਵਲਾ ਸਾਹਿਬ ਦੇਖੋ ਭਾਰੀ ਵਰਸਣ ਨਾਲ ਸਾਰਾ ਜੀਵਨ ਜੀਵਨ ਅਸਤ ਵਿਅਸਤ ਹੋਇਆ ਪਿਆ ਮਤਲਬ ਕਿ ਤੁਸੀਂ ਕੱਲ ਤੱਕ ਦੀ ਰਿਪੋਰਟ ਹੈਗੀ ਹੈ ਰਾਤ ਤੱਕ ਦੀ ਸਵੇਰ ਤੱਕ 10 ਜਿੰਨਾ ਕਿ ਮੈਂ ਦੇਖ ਸਕਿਆ ਉਹਨਾਂ ਵਿੱਚ ਆਇਆ ਕਿ 56 ਮੌਤਾਂ ਹੋ ਚੁੱਕੀਆਂ ਨੇ ਤਿੰਨ ਪੰਜਾਬ ਦੇ ਵਿੱਚ ਮੌਤਾਂ ਹੋ ਗਈਆਂ ਨੇ ਹੁਸ਼ਿਆਰਪੁਰ ਦੇ ਕੋਲੇ ਇੱਕ ਪਰਿਵਾਰ ਦੇ ਤਿੰਨ ਤਿੰਨ ਬੱਚੇ ਮਾਰੇ ਗਏ ਨੇ ਤੇ ਬੜਾ ਬੜਾ ਇਹ ਮਾੜਾ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਇਹ ਸਾਡਾ ਨਾ ਜਿਹੜਾ ਕਿ ਸਿਸਟਮ ਹੈਗਾ ਨਾ ਭਾਰਤ ਦਾ ਇਹ ਕੁਝ ਕੁਝ ਇਲਾਕਿਆਂ ਦਾ ਉਹ ਖੜਾ ਵਰਗੀ ਸਥਿਤੀ ਇੰਨੇ ਖਤਰਨਾਕ ਖੜਨ ਰੋਕਣ ਜੋਗਾ ਨਹੀਂ ਹੈਗਾ ਤੇ ਬਹੁਤ ਬੁਰਾ ਹਾਲ ਹੈਗਾ ਦੇਖੋ ਸਤਲੁਜ ਦਰਿਆ ਬਹੁਤ ਉਫਾਨ ਤੇ ਆ ਗਿਆ ਅੱਗੇ ਵੱਲ ਚੱਲਦੇ ਆਪਾਂ ਉਹ ਕਹਿੰਦੇ ਟੁੱਟ ਗਿਆ ਉਹਦਾ ਬੰਨ ਬੰਨ ਸਭ ਟੁੱਟਿਆ ਜੀ ਬੰਨ ਤਾਂ ਬਹੁਤ ਟੁੱਟ ਗਏ ਬੰਨ ਤਾਂ ਇੱਕ ਨਹੀਂ ਟੁੱਟਿਆ ਬੰਨ ਤਾਂ ਬਹੁਤ ਟੁੱਟੇ ਨੇ ਮਤਲਬ ਕਿ ਅਸਲ ਚ ਨਾਲ ਸਾਡੇ ਅਸੀਂ ਆਪਣੇ ਜਨ ਜੀਵਨ ਨੂੰ ਅੱਗੇ ਵਧਾਉਂਦੇ ਆ ਸੜਕਾਂ ਸੁੜਕਾਂ ਦਾ ਭਰਤਾਂ ਪੁਰਤਾਂ ਕਿਤੇ ਪਾਤੀਆਂ ਚੱਕ ਕੇ ਕਿਤੋਂ ਚੱਕ ਕੇ ਤੇ ਉਹ ਪਾਣੀ ਦੇ ਰਸਤੇ ਬੰਦ ਹੋ ਗਏ ਪਹਿਲੇ ਉਹ ਰਸਤੇ ਬੰਦ ਹੁਣ ਕਰਕੇ ਪਾਣੀ ਦੇ ਪਾਣੀ ਦੇ ਆਪਣੇ ਰਸਤੇ ਬਣਾਏ ਫਿਰ ਜਿੱਧਰ ਨੂੰ ਪਾਣੀ ਦਾ ਰਸਤਾ ਉਹਨੇ ਦੇਖਿਆ ਉਧਰੋਂ ਪਾਣੀ ਦੇ ਬਣਾ ਦੇ ਰਸਤਾ ਆਪਣਾ ਤੇ ਪਤਾ ਨਹੀਂ ਕਿਹੜੇ ਪਾਸੇ ਤਬਾਈ ਕੀਤੀ ਹੈ ਪਾਣੀ ਦੇ ਫਿਰ ਉਹ ਤਬਾਈ ਕਿਸ ਪਾਸੇ ਹੋ ਗਈ ਤੇ ਹੋ ਗਈ ਉਹਨੋਂ ਸਿੱਪੜਾਲੇ ਦੀ ਗੱਲ ਕਰਦੇ ਆਂ ਪਟਿਆਲੇ ਦੇ ਵਿੱਚ ਨਦੀ ਮੈਂ ਹੁਣ ਜਾ ਕੇ ਇਨਸਟੂਡੀਓ ਜਾਣਾ ਸੀਗਾ ਸਟੂਡੀਓ ਦੇ ਵਿੱਚ ਰਸਤੇ 'ਚ ਨਦੀ ਪੈਂਦੀ ਆ ਨਦੀ ਦਾ ਅਗਲਾ ਨਦੀ ਤੋਂ ਅਗਲੇ ਪਾਸੇ ਅਰਬਨ ਸਟੇਟ ਆ ਅਰਬਨ ਸਟੇਟ ਦੇ ਵਿੱਚ 5 ਫੁੱਟ ਤੱਕ ਪਾਣੀ ਖੜਾ ਮੈਂ ਲੋਕਾਂ ਦੇ ਘਰਾਂ ਵਿੱਚ ਜਿਹੜੇ ਬਹੁਤ ਮਤਲਬ ਪੌਸ਼ ਇਲਾਕਾ ਹੋ ਪੌਸ਼ ਇਲਾਕਾ ਅਮੀਰਾਂ ਦਾ ਇਲਾਕਾ ਹੋ ਬਹੁਤ ਅਮੀਰ ਲੋਕ ਰਹਿੰਦੇ ਆ ਉੱਥੇ ਵੱਡੀਆਂ ਵੱਡੀਆਂ ਕੋਠੀਆਂ ਨੇ ਉਹਨਾਂ ਕੋਠਿਆਂ ਦੇ ਏਟਾ 5-6 ਫੁੱਟ ਪਾਣੀ ਏਟਾ ਖੜਾ ਤੇ ਪਾਣੀ ਚੱਲ ਰਿਹਾ ਮਤਲਬ ਨਵਾਂ ਬਸਟੈਂਡ ਬਣਾ ਬੜਾ ਅੱਛਾ ਬਸਟੈਂਡ ਬਣਾ ਨਵਾਂ ਪੰਜਾਬ ਸਰਕਾਰ ਨੇ ਉਹ ਬਸ ਸਟੈਂਡ ਦੇ ਵਿੱਚ ਵੀ ਪਾਣੀ ਬਹੁਤ तकरीबन 3 ਫੁੱਟ 2 3 ਫੁੱਟ ਪਾਣੀ ਖੜਾ ਬੱਸਾਂ ਦਾ ਲੰਘਣਾ ਮਲ ਕੇ ਮੁਸ਼ਕਲ ਹੋਇਆ ਪਿਆ ਲੋਕਾਂ ਦਾ ਲੰਘਣਾ ਔਖਾ ਪਿਆ ਰਸਤੇ ਵੀ ਟਰੱਕ ਰੁਕੇ ਪਏ ਨੇ ਤੇ ਜਨ ਜੀਵਨ ਅਸਤ ਬਸ ਪਟਿਆਲੇ ਵਿੱਚ ਕਾਫੀ ਹੋਇਆ ਪਿਆ ਬਸਤ ਉੱਥੇ ਐਨਡੀਆਰਐਫ ਨੇ ਮਲੇ ਕਾਹੀ ਬਦਲ ਕੀਤੀ ਆ ਪਟਿਆਲੇ ਦੀ ਸਾਡੀ ਡੀਸੀ ਸਾਹਸਤਾਨੀ ਔਰਤ ਹੈ ਜਿਨਾਂ ਨੇ ਪਰ ਉਸ ਨੇ ਮਰਦਾਂ ਵਾਂਗੂ ਸੰਭਾਲਿਆ ਕੰਪਨੀ ਵਾਲੇ ਵਿੱਚ ਬੜਾ ਵਧੀਆ ਕਾਫੀ ਕਾਫੀ ਐਕਟਿਵ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਸੋਸ਼ਲ ਨੈਟਵਰਕ ਮੇਰੇ ਦੇ ਵੀਡੀਓ ਦੇਖ ਰਹੇ ਉਹਨਾਂ ਦੇ YouTube ਤੇ ਵੀ ਤੇ ਕਾਫੀ ਤੰਗੀ ਜਿਹੜੀ ਉਹ ਭੂਮਿਕਾ ਨਿਭਾ ਰਹੇ ਨੇ ਲੋਕਾਂ ਨੂੰ ਸੁਚੇਤ ਕਰ ਰਹੇ ਨੇ ਆਪਣਾ ਨਿਕਲੇ ਹੋਏ ਨੇ ਨਹੀਂ ਕਿ ਆਫਿਸ ਦੇ ਵਿੱਚ ਬੈਠ ਕੇ ਹੁਕਮ ਚਾਲੀ ਚਾਲੂ ਕਰ ਰਹੇ ਨੇ ਨਹੀਂ ਬੈਠੇ ਨਹੀਂਗੇ ਅੰਦਰ ਆਫਿਸ ਦੇ ਵਿੱਚ ਉਹ ਮਤਲਬ ਕੱਲ੍ਹ ਦੇ ਵੇਖ ਰਹੇ ਉਹਨਾਂ ਨੂੰ ਹਾਂਜੀ ਰਾਤ 11 12 ਵਜੇ ਮੈਂ ਦੇਖਿਆ ਰਾਤ 12 ਵਜੇ ਤੱਕ ਵੀ ਉਹਦੀ ਉਹ ਫਿਰ ਰਹੀ ਸੀ ਬਾਹਰ ਜੀ ਜੀ ਪਾਣੀ ਕੱਢਦੀ ਚਲੋ ਐਨੀਥਿੰਗ ਇਹ ਕਾਫੀ ਅਮਰਸਦਰ ਇਲਾਕਾ ਬਚਿਆ ਚਵਲਾ ਸਭ ਉਹ ਇਲਾਕਾ ਬਚਿਆ ਤੇ ਪਰ ਉਹਨਾਂ ਨੇ ਵੀ ਮੀਟੀਆਂ ਵਗਾਰਾ ਕੀਤੀ ਨੇ ਕੱਲ ਮੁਖ ਸਕੱਤਰ ਨੇ 33.5 ਕਰੋੜ ਰੁਪਇਆ ਜਾਰੀ ਕਰਤਾ ਪੰਜਾਬ ਦੇ ਲੋਕਾਂ ਲਈ ਜਿਹੜੇ ਕਿ ਪੰਜਾਬ ਦੇ ਔਖੇ ਮੇਲੇ ਤੇ ਚਲੋ ਹੁੰਦਾ ਤੇ ਇਸ ਤਰੀਕੇ ਨਾਲ ਆਪਾਂ ਜੰਮੂ ਕਸ਼ਮੀਰ ਨੂੰ ਜਿਹੜਾ ਨੇ ਹਿਮਾਚਲ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸੜਕਾਂ ਦੇ ਉੱਪਰੋਂ ਤਵਲਾ ਸਾਹਿਬ ਗੱਡੀਆਂ ਰੁੜ ਗਈਆਂ ਮਨਾਲੀ ਦਾ ਇੱਕ ਇਲਾਕਾ ਹੈਗਾ ਉਹਦੇ ਵਿੱਚ ਹੋਟਲ ਹੈਗਾ ਬੜਾ ਵੱਡਾ ਹੋਟਲ ਸੀਗਾ ਸਾਰਾ ਹੋਟਲ ਗਿਰੇ ਗਿਆ ਪਾਣੀ ਵਿੱਚ ਮਨਿਕਰਨ ਸਾਹਿਬ ਵਾਲਾ ਜਿਹੜਾ ਪੁਲ ਵਾ ਜਿੱਥੇ ਮਤਲਬ ਵੇਖਿਆ ਉਹ ਵੀ ਸਾਰਾ ਰੁੜ ਗਿਆ ਔਰ ਬੜੀ ਵੱਡੀ ਤਬਾਹੀ ਜਿਹੜੀ ਇਸ ਮਤਲਬ ਕੁਦਰਤੀ ਕਰੋਪੀ ਨੇ ਜਿਹੜੀ ਇਹ ਮਚਾਈ ਹੈ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਖੁੱਲ ਦਿੱਤਾ ਗਿਆ ਫਲੱਡ ਉਧਰ ਵੀ ਹੈ ਉਧਰ ਵੀ ਮੀਂਹ ਪਿਆ ਉਧਰ ਵੀ ਮੌਤਾਂ ਹੋਣ ਦੀ ਪਾਕਿਸਤਾਨ ਤੋਂ ਵੀ ਖਬਰ ਆ ਰਹੀ ਹੈ ਕੁਦਰਤੀ ਕਰੋਪੀ ਜਿਹੜੀ ਹੈ ਕੁਦਰਤੀ ਜਿਹੜੀ ਮਾਰ ਹੈ ਉਹ ਕਿਸੇ ਨੂੰ ਨਹੀਂ ਬਖਸ਼ਰੀ ਤੁਸੀਂ ਦੱਸਿਆ ਕਿ ਜਿਹੜੇ ਪਾਲਿਸ਼ ਏਰੀਆ ਵੱਡੇ ਵੱਡੇ ਜਿਹੜੀਆਂ ਕੋਠੀਆਂ ਨੇ ਵੱਡੇ ਵੱਡੇ ਜਿਹੜੇ ਹੋਟਲਸ ਨੇ ਉਹ ਮਲਿਆ ਮੇੜ ਕਰਦੇ ਨੇ ਇਹਦੇ ਵਿੱਚ ਅ ਦੇਖੋ ਕੁਦਰਤੀ ਹੁਣ ਹਿਮਾਚਲ ਵੀ ਆ ਗਿਆ ਚ ਹਰਿਆਣਾ ਵੀ ਆ ਗਿਆ ਹਾਂਜੀ ਇਹਦੇ ਵਿੱਚ ਆਪਣਾ ਪੰਜਾਬ ਆ ਗਿਆ ਤੇ ਵੱਖ-ਵੱਖ ਪੰਜਾਬ ਦੇ ਸੂਬੇ ਆ ਗਏ ਮੈਂ ਸੋਸ਼ਲ ਲਾਠ ਵਰ ਕਮੀਡੀਅਤ ਤੇ ਵੇਖ ਰਿਹਾ ਕੋਈ ਇੱਕ ਪੰਜਾਬ ਸਰਕਾਰ ਨੂੰ ਲਾ ਕ੍ਰਿਟੀਸਾਈਜ਼ ਆਪਣੇ ਤਰੀਕੇ ਨਾਲ ਯਾਰ ਕਿਉਂ ਅਸੀਂ ਇੰਨਾ ਗਿਰ ਗਏ ਹੁਣ ਭਗਵੰਤ ਮਾਨ ਸਰਕਾਰ ਜੇ ਮੂੰਹ ਚੋਂ ਭਗਵੰਤ ਮਾਨ ਸਾਹਿਬ ਕੋ ਲਬਜ਼ ਕੱਢਣਗੇ ਫਿਰ ਅਸਪਕ ਸਾਡਾ ਫਰਜ ਮੰਨਦਾ ਕ੍ਰਿਟੀਸਾਈਜ਼ ਕਰਨਾ ਜੀ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਜਾਂ ਪੰਜ ਪਾ ਦੀ ਗੱਠ ਜੋੜ ਦੀ ਸਰਕਾਰ ਹੁੰਦੀ ਅਕਾਲੀ ਤੇ ਕੁਦਰਤੀ ਇਹੋ ਜੀ ਕਰੋਪੀ ਹੋ ਜਾਂਦੀ ਤੇ ਫਿਰ ਉਹਨਾਂ ਨੇ ਜੱਕਦਮ ਜਿੰਦਰੇ ਲਾ ਦੇਣੇ ਸੀ ਫਲੱਡ ਨੂੰ ਜਾਂ ਪਾਣੀ ਰੋਕ ਦੇਣਾ ਸੀ ਬਗਾਪੀ ਓੜ ਜਾ ਸ਼ਿਮਸ਼ਿਮ ਹੈ ਮਜਲੂਸ ਕੱਢ ਰਹੇ ਲੋਕ ਆਪਣਾ ਮਤਲਬ ਵੀ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਜੀ ਭਗਵੰਤ ਮਾਨ ਕਿੱਥੇ ਹੈ ਜੀ ਭਗਵੰਤ ਮਾਨ ਨੂੰ ਕਹੋ ਜੀ ਆਹ ਕਰੋ ਭਗਤ ਉਹ ਕਰੋ ਮੈਨ ਲੱਗਦਾ ਕਿ ਤੁਸੀਂ ਅਸਲ ਭਗਤ ਤਾਂ ਤੁਸੀਂ ਹੋ ਦੂਜਿਆਂ ਦੇ ਵੀ ਇਸ ਵਕਤ ਸਾਥ ਦੇਣਾ ਫਰਜ਼ ਬੰਦਾ ਸਾਡਾ ਸੁਚੇਤ ਹੋਣ ਦੀ ਲੋੜ ਹੈ ਸਾਵਧਾਨ ਹੋਣ ਦੀ ਲੋੜ ਆ ਆਪਣੇ ਇਲਾਕੇ ਅੱਜ ਫੋਨ ਕਰੋ ਉਹਨਾਂ ਨੂੰ ਪੁੱਛੋ ਕਿੱਛੋ ਹਾਲ ਚਾਲ ਪੁੱਛੋ ਬਜਾਏ ਕਿ ਅੱਜ ਇਦੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ ਤੇ ਕੁਦਰਤੀ ਕਰੋਪੀ ਹੈ ਤੇ ਕਈ ਵਾਰੀ ਹੋ ਚੁੱਕੀ ਹੈ 88 ਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਡਾ ਇਲਾਕਾ ਬਹੁਤ ਬੜੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਰਹੀ ਤੁਸੀਂ ਗੱਲ ਅੰਮ੍ਰਿਤਸਰ ਦੀ ਕੀਤੀ ਹੈ ਅੰਮ੍ਰਿਤਸਰ ਸ੍ਰੀ ਤਰਨਤਾਰਨ ਸਾਹਿਬ ਜਿਹੜਾ ਵਿਆਸ ਦਾ ਏਰੀਆ ਹੈ ਨਾ ਉਹ ਵੱਡੀ ਤعداد ਦੇ ਵਿੱਚ ਪ੍ਰਭਾਵਿਤ ਹੋਇਆ ਔਰ ਵੈਸੇ ਅਕੀਦਾ ਸਾਹਿਬ ਚਲੋ ਇਨਸਾਨ ਦੀ ਫਿਤਰਤ ਹੈ ਜੇ ਚੰਗੀ ਗੱਲ ਕਰਨੀ ਹੈ ਤੇ ਕੁਝ ਇਹੋ ਜਿਹੀ ਹੈ ਕੁਝ ਆਪੇ ਥਾਪੜੀ ਨਹੀਂ ਤੈਨੂੰ ਕੌਣ ਬਚਾਵੇ ਜੀ ਹੁਣ ਬਿਆਸ ਦਰਿਆ ਦੇ ਵਿੱਚ ਜਾਂ ਸੱਤ ਨੂੰ ਦਰਿਆ ਦੇ ਵਿੱਚ ਅੰਦਰ ਜਾ ਕੇ ਤੁਹਾਨੂੰ ਪਤਾ ਹੋਣਾ ਲੋਕਾਂ ਨੇ ਖੇਤੀਬੀ ਤੇ ਘਰ ਵੀ ਬਣਾਏ ਹੋਏ ਨੇ ਮਾਲ ਡੰਗਰ ਵੀ ਉੱਥੇ ਬੰਨਿਆ ਹੁੰਦਾ ਹੁਣ ਜੱਕਦਮ ਰਾਤ ਨੂੰ ਇਹੋ ਜੀ ਕੋਈ ਵੱਡੀ ਗਰੁੱਪ ਵੀ ਆਪਰਦੀ ਐ ਤਾਂ ਫੇਰ ਉਹ ਜਿਹੜੇ ਰੁੜ ਗਏ ਤੇ ਰੁੜ ਗਏ ਹੁਣ ਉਹ ਤਾਂ ਬਿਲਕੁਲ ਉਹ ਤਾਂ ਦਰਿਆ ਵਾ ਨਾ ਉਹ ਤਾਂ ਉਹ ਤਾਂ ਉੱਥੇ ਤਾਂ ਉਹਨੇ ਪਾਣੀ ਨਹੀਂ ਤੇ ਉਹਦਾ ਰਾਹ ਵਾ ਉਹਨੇ ਦਦੀ ਲੰਘਣਾ ਇਹੀ ਰਾਤ ਜੇ ਜਿਹੜਾ ਆਪਣਾ ਆਪਣਾ ਮੇੜਾ ਵਜਦਾ ਜੀ ਉਹਦੇ ਚ ਰੋਕਾ ਲਾ ਕੇ ਬੈਠੇ ਹਾਂ ਵੀ ਸ਼ਾਇਦ ਪਤਾ ਨਹੀਂ ਅਸੀਂ ਮਾਲਕ ਬਣ ਗਏ ਨਹੀਂ ਉਹ ਦਰਿਆਵਾਂ ਦਾ ਜਿਹੜਾ ਪਾਣੀ ਆ ਉਹ ਕਦੇ ਵੀ ਨਹੀਂ ਰੁਕਦਾ ਅੱਛਾ ਦੂਜੀ ਗੱਲ ਇਹ ਵੀ ਹੈ ਤੁਹਾਨੂੰ ਪਤਾ ਹੋਣਾ ਪਿੰਡਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਛੱਪੜ ਵੱਡੇ 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 ਛੋ ਚੋ ਛੱਡੇ ਹੁੰਦੇ ਸੀਗੇ ਪਾਣੀ ਦਾ ਜਿਹੜਾ ਕੁਦਰਤੀ ਨਿਕਾਸੀਗਾ ਉਹਦੇ ਤੇ ਹਿੜ ਕੇੜਾ ਇਹਨੂੰ ਤੇ ਕਲੋਨੀਆਂ ਕੱਟ ਦਿੱਤੀਆਂ ਨਹੀਂ ਹੁਣ ਜਿੱਥੋਂ ਤੇ ਕਲੋਨੀਆਂ ਕੱਟ ਦਿੱਤੀਆਂ ਨੇ ਤਾਂ ਇਹ ਧਰਤੀ ਦਾ ਜਿਹੜਾ ਸੰਤੋਲ ਹੈ ਉੱਪਰ ਨੀਵੇਂ ਅਸੀਂ ਆਪ ਕੀਤਾ ਜ਼ਿੰਮੇਵਾਰਤਾ ਅਸੀਂ ਇਹਦੇ ਹੂੰ ਉਹਨੇ ਜਿਹੀਂ ਉਥੇ ਕੋਠੀਆਂ ਬਣਾ ਲਈਆਂ ਨਹੀਂ ਤੇ ਪਾਣੀ ਨੇ ਤੇ ਕਹਿਣਾ ਵੀ ਮੇਰਾ ਰਾਹ ਵਾ ਇਧਰ ਦੀ ਮੈਂ ਤੇ ਲੰਘਣਾ ਉਹਨੇ ਅਮੀਰ ਗਰੀਬ ਥੋੜੀ ਵੇਖਣਾ ਹੂੰ ਗੁਦਰਤਲੀ ਤੇ ਸਾਰੇ ਅਸੀਂ ਇੱਕੋ ਜਿਹੇ ਹੂੰ ਹੂੰ ਬੜਾ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਅਜੇ ਇਹਦੀ ਅੰਕੜੇ ਪ੍ਰੋਪਰ ਕੱਢਣੇ ਮੇਰੇ ਸਾਡੇ ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ ਕਿੰਨਾ ਕੁ ਲੱਗਦਾ ਤੁਹਾਨੂੰ ਨੁਕਸਾਨ ਆਈਡੀਆ ਜਿਹੜਾ ਹੈ ਇਸ ਵਕਤ ਹੋ ਗਿਆ ਹੋਊਗਾ ਨਹੀਂ ਨੀ ਨੁਕਸਾਨ ਆਪਾਂ ਇਹਦੇ ਵਿੱਚ ਨਹੀਂ ਕਿ ਵਿੱਤੀ ਤੌਰ ਤੇ ਦੱਸ ਦਈਏ ਵੀ ਇੰਨਾ ਨੁਕਸਾਨ ਹੋਇਆ ਪਰ ਤੁਸੀਂ ਘਰ ਦੇ ਘਰ ਤਬਾਹ ਹੋ ਗਏ ਚਾਵਲਾ ਸਾਹਿਬ ਜਿਹੜੇ ਹੁਣ ਆਪਾਂ ਕਰੋਨਾ ਕੇ ਹਜ਼ਾਰਾਂ ਕਿਹੇ ਕਿਨਾ ਕਹਿ ਦਈਏ ਅੰਤਰੀ ਕੋਈ ਰਸਾਨਾ ਨਸਾਨ ਹੋਇਆ ਜੀ ਇਹ ਇਹ ਇਲਾਕਾ ਜਿਹੜਾ ਕਿ ਖੱਗਰ ਦਾ ਇਲਾਕਾ ਹੋਇਆ ਚਾਵਲਾ ਸਾਹਿਬ ਉਹ ਇਲਾਕਾ ਪਟਿਆਲਾ ਨਦੀ ਹੋਗੀ ਸਵਾਨ ਨਦੀ ਹੋਗੀ ਤੁਸੀਂ ਕਿਹਾ ਵਿਆਸ ਸਵਾਨ ਨਦੀ ਦੀ ਬਹੁਤ ਨੁਕਸਾਨ ਕੀਤਾ ਜਿਹੜੀ ਨੰਗਲ ਦੇ ਕੋਲ ਜਾਂਦੀ ਆ ਜੀ ਜੀ ਉਹਨੇ ਬਹੁਤ ਨੁਕਸਾਨ ਤੇ ਦੂਜੇ ਪਾਸੇ ਤੁਸੀਂ ਅਸਰ ਜਨ ਜਿਹੜਾ ਇਹ ਖੇਤਰ ਹੈਗਾ ਨਾ ਜੀ ਜਿਹੜਾ ਇਹ ਇਹ ਪਹਾੜਾਂ ਦੇ ਨੇੜੇ ਦਾ ਖੇਤਰ ਜ਼ਿਆਦਾ ਹੈਗਾ ਜਿਹੜੇ ਪਹਾੜਾਂ ਦੇ ਜਿਹਨੂੰ ਆਪਾਂ ਪੌਦੀ ਖੇਤਰ ਕਹਿੰਦੇ ਆ ਉਹਦੇ ਵਿੱਚ ਬਹੁਤ ਨੁਕਸਾਨ ਹੋਇਆ ਚੰਡੀਗੜ੍ਹ ਦੇ ਵਿੱਚ ਜਿਹੜੀ ਸੁਖਨਾ ਚੀ ਉਹ ਹੈਗੀ ਆ ਜਿਹੜੀ ਸੁਖਨਾ ਚੀਲ ਹੈਗੀ ਆ ਉਹ ਉਹ ਫਾਣ ਚ ਆ ਗਈ ਮਤਲਬ ਕਿ ਸੜਕਾਂ ਟਟੀਆਂ ਮਨਸਾ ਦੀ ਜੀ ਵਾਲੀ ਰੋਡ ਟੁੱਟ ਗਈ ਤੁਸੀਂ ਮਨੇ ਕੋਈ ਵੀ ਕੋਈ ਵੀ ਇਲਾਕਾ ਇੱਥੇ ਪਾਣੀ ਵਗ ਰਿਹਾ ਉੱਥੇ ਸੜਕ ਦੀ ਬਖਸ਼ੀ ਉਹਨੇ ਕੋਈ ਕਿਤੇ ਮਤਲਬ ਕਿ ਕੋਈ ਮਕਾਨ ਨਹੀਂ ਭਾਵੇਂ ਕਿ ਅਸੀਂ ਐਸਆਰਡੀ ਟੀਮ ਸੀਮਤ ਆ ਉੱਥੇ ਅਸੀਂ ਜਿਹੜਾ মিডিਆ ਭਾਈਚਾਰਾ ਰੋਡ ਦੇ ਵਿੱਚ ਨਿਕਲ ਕੇ ਸੇਫਟੀ ਜੈਕਟਾਂ ਪਾ ਕੇ ਲੋਕਾਂ ਦੀ ਦਰਦਨਾਕ ਜਿਹੜੀ ਇਸੋਕ ਸਥਿਤੀ ਦਿਖਾ ਰਿਆ ਉਹਨੂੰ ਵੀ ਸੈਲੂਟ ਕਰਦਿਆਂ ਸ਼ਾਬਾਸ਼ ਦੇਣੀ ਫਰਜ਼ ਬੰਦਾ ਸਾਡਾ ਕਿ ਉਹ ਵੀ ਚੰਗਾ ਕੰਮ ਕਰ ਰਹੇ ਨੇ ਕੁਝ ਆਫਿਸ ਦੇ ਵਿੱਚ ਬੈਠੇ ਬਾਬੂ ਖਬਰਾਂ ਭੇਜ ਰਹੇ ਨੇ ਤੇ ਕੁਝ ਰੋਡ ਦੇ ਉੱਤੇ ਨਿਕਲ ਕੇ ਪਬਲਿਕਲੀ ਜਿਹੜਾ ਵਿਚਰਦੇ ਪਏ ਨੇ ਉਹਨਾਂ ਦਾ ਵੀ ਧੰਨਵਾਦ ਬੰਦਾ ਕਿ ਖਬਰਾਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਸਾਰੇ ਜਿਹੜਾ ਹੈ ਖੇਤਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਭਗਵੰਤ ਮਾਨ ਇਹ ਵੀ ਕਿਹਾ ਕਿ ਲੋਕ ਕਬਰਾੜ ਵਿੱਚ ਨਾ ਆਉਣ ਔਰ ਵੱਖ-ਵੱਖ ਉਹਨਾਂ ਦੇ ਜਿਹੜੇ ਐ ਐ ਐ ਐਮਐਲਏ ਨੇ ਇਹ ਵੀ ਪਤਾ ਲੱਗਾ ਕਿ ਦੇਖ ਰਹੇ ਹਾਂ ਯਾਰ ਕਿ ਉਸ ਹਰਕਾਂ ਦੇ ਉੱਤੇ ਨਿਕਲੇ ਨੇ ਪਾਣੀ ਦੇ ਵਿੱਚ ਜਾ ਕੇ ਲੋਕਾਂ ਦੀ ਹੈਲਪ ਵੀ ਕਰ ਰਹੇ ਨੇ ਇੱਕ ਛੋਟੀ ਜੀ ਗੱਲ ਨਹੀਂ ਹੁੰਦੀ ਭਾਵੇਂ ਕਿ ਉਹ ਐਮਐਲਏ ਨਹੀਂ ਹੁਣ ਪਰ ਉਹ ਸਾਡੇ ਵਿੱਚੋਂ ਹੀ ਨਹੀਂ ਪਰ ਉਹ ਆਪਣਾ ਫਰਜ਼ ਨਿਭਾ ਰਹੇ ਨੇ ਇਹ ਵੀ ਇੱਕ ਇੱਕ ਮੈਂ ਖਾਜ ਇਹਦੇ ਉੱਤੇ ਵੀ ਉਹਨਾਂ ਨੂੰ ਸ਼ਾਬਾਸ਼ ਭੇਜਣੀ ਬਣਦੀ ਹੈ ਕਿ ਹਰ ਜਿੱਥੇ ਨਿਭਾ ਰਹੇ ਨੇ ਨਾ ਨਹੀਂ ਠੀਕ ਹੈ ਚਾਹ ਵਾਲਾ ਸਾਰੇ ਸਾਰੇ ਨਾ ਆਪ ਆਪਣੇ ਤਰੀਕੇ ਨਾਲ ਜਿੱਥੇ ਇਲਾਕੇ ਵਿੱਚ ਕੋਈ ਪ੍ਰੋਬਲਮ ਆਈ ਆ ਐਮਐਲਏ ਹੋ ਗਏ ਆਮ ਆਦੀ ਪਾਰਟੀ ਦੇ ਕਾਰਕੁਨ ਹੋ ਗਏ ਇਵਨ ਕੇ ਆਪਾਂ ਜੇ ਆਖੀਏ ਨਾ ਸੁਨੀਲ ਜਾਖੜ ਵੀ ਦੌਰੇ ਤੇ ਗਏ ਨੇ ਜਾਖੜ ਮਲੇ ਭਾਜੀਪੀ ਵਾਲੇ ਬੰਦੇ ਵੀ ਫਿਰਦੇ ਆ ਇਹ ਨਹੀਂ ਕੋਈ ਆਪਾਂ ਇੱਕ ਕੋਈ ਆਮ ਆਦੀ ਪਾਰਟੀ ਵਾਲੇ ਫਿਰਦੇ ਨੇ ਸਾਰੇ ਕਾਂਗਰਸ ਵਾਲੇ ਵੀ ਆਪਣੇ ਤਰੀਕੇ ਨਾਲ ਫਿਰਦੇ ਆ ਹਾਂ ਉਹ ਫਿਰ ਇੱਕ ਸਿਆਸਤ ਵਾਲੀ ਗੱਲ ਹੁੰਦੀ ਹੈ ਵੀ ਸਿਆਸਤ ਕਰਨ ਵਾਲੇ ਸਿਆਸਤ ਹੀ ਕਰਦੇ ਆ ਭੁਗਤਮਾਨ ਦੇ ਖਿਲਾਫ ਵੀ ਬੋਲ ਜਿੰਦੇ ਆ ਲੋਕ ਪਰ ਇਸ ਵੇਲੇ ਇਸ ਵੇਲੇ ਨਾ ਮੈਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਹਰ ਸਿਆਸੀ ਬੰਦਾ ਆਪਣਾ ਰੋਲ ਨਿਭਾ ਜਿੱਦਾ ਜਿੱਥੇ ਜ਼ੋਰ ਚੱਲ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਜਿਹੇਦਾਰ ਆਪਣਾ ਭਾਈ ਰਗਵੀਰ ਸਿੰਘ ਹੋਰਾਂ ਨੇ ਇਹ ਕਿਹਾ ਸਾਰਿਆਂ ਨੂੰ ਕਿ ਸਭ ਦੀ ਮਦਦ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਨੇ ਨੰਬਰ ਜਾਰੀ ਕਰਤੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਇਹਨਾਂ ਨੰਬਰਾਂ ਦੇ ਉੱਪਰ ਜੇ ਕਿਸੇ ਨੂੰ ਦਿੱਕਤ ਆ ਕੋਈ ਸੰਪਰਕ ਕਰੋ ਤੇ ਲੰਗਰ ਪਹਚਾਇਆ ਜਾ ਰਿਹਾ ਘਰੋ ਘਰੀ ਜਿੱਥੇ ਜਿੱਥੇ ਵੀ ਕੋਈ ਪ੍ਰੋਬਲਮ ਹੈਗੀ ਆ ਤੇ ਰਾਹਤ ਕੈਂਪ ਬਣਾਤੇ ਗਏ ਆ ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰ ਗੈਰ ਸਰਕਾਰੀ ਵਰਕੇ ਸਾਡੇ ਦਾ ਪੰਜਾਬ ਚ ਇਹ ਕਲਚਰ ਆ ਨਾ ਜੇ ਕੋਈ ਸੰਕਟ ਆਉਂਦਿਆ ਗਵਾਂਢੀ ਨੂੰ ਤਾਂ ਅਸੀਂ ਨਾਲੇ ਨਾਲੇ ਆਪਣੇ ਆਪ ਨੂੰ ਬਚਾ ਲੈਨੇ ਆ। ਸੋ ਇਹ ਇਸ ਤਰ੍ਹਾਂ ਦਾ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਨੁਕਸਾਨ ਕਾਫੀ ਹੈ। ਪਾਣੀ ਨੂੰ ਲੈ ਕੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਖਬਰਾਂ ਆ ਰਹੀਆਂ ਸਨ हिमाचल क्लेम ਕਰ ਰਿਹਾ ਸੀ ਹਰਿਆਣਾ ਤਾਂ ਹਮੇਸ਼ਾ ਹੀ ਤੁਹਾਨੂੰ ਪਤਾ ਹੈ ਕਿ ਉਹਦੇ ਨਾਲ ਤਾਂ ਆਪਾਂ ਤਾਂ ਹੁਣ ਉਸ ਪੜਾਅ ਦੇ ਵਿੱਚ ਵੀ ਆ ਗਏ ਕਿ ਹੁਣ ਤਾਂ ਗੱਲ ਵੀ ਕਰਨ ਨੂੰ ਦੇਰ ਹੀ ਕਰਦਾ ਕਿ ਇਹ ਤਾਂ ਬਈ ਕੰਮ ਇਸੇ ਤਰ੍ਹਾਂ ਹੀ ਚੱਲੀ ਜਾਣਾ ਉਹਨੇ ਬਿਆਨ ਦਿੱਤਾ ਉਹਨੇ ਬਿਆਨ ਦਿੱਤਾ ਉਹਨੇ ਬਿਆਨ ਦਿੱਤਾ ਉਹਦੇ ਵਿੱਚ ਇੱਕ ਬਿਆਨ ਬੜਾ ਉੱਬੜ ਕੇ ਸਾਹਮਣੇ ਆ ਰਿਹਾ ਕਿ ਪਾਣੀ ਪੰਜਾਬ ਦੇ ਕੋਲੋਂ ਮੰਗਣ ਵਾਲੇ ਹੁਣ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋ ਰਿਹਾ ਤੇ ਹੁਣ ਨੁਕਸਾਨ ਦੀ ਭਰਪਾਈ ਵੀ ਕਰੋ ਹਨਾ ਹੁਣ ਉਹ ਨਾ ਹੱਸਤਾ ਵੀ ਨਹੀਂ ਹੁੰਦੀ ਨਾ ਕਾਹਿੰਦਾ ਜਿਹੜਾ ਕਿ ਨਾ ਇਹ ਰਿਪੇਰੀਅਨ ਲਾ ਹੈਗਾ ਨਾ ਚਾਵਲਾ ਸਾਹਿਬ ਇਸੇ ਕਰਦਾ ਪੰਜਾਬ ਦਾ ਪਾਣੀ ਇਤਿਹਾਸ ਕਾਇਗਾ ਨਾ ਜੀ ਤੇ ਉਹ ਬਣਾਇਆ ਸੀ ਹੁਣ ਨਾ ਨੇ ਕੋਈ ਨਾਲ ਖੜਦਾ ਹੈਗਾ ਹੁਣ ਹੁਣ ਵੀ ਹੁਣ ਖੜੋ ਨਾ ਹੁਣ ਲੰਗਰ ਹੀ ਲਾ ਦਿਓ ਚਲੋ ਲੰਗਰ ਤੇ ਲੱਗੇ ਹੀ ਨਹੀਂ ਉੱਥੇ ਹੁਣ ਹੁਣਾਂ ਦੀ ਬਾਹੀਂ ਫੜ ਲੋ ਵੀ ਆਪ ਵੀ ਤੁਸੀਂ ਇਨੀ ਵੱਡੀ ਤਦਾਦ ਦੇ ਵਿੱਚ ਬਰਬਾਦੀ ਦੀ ਮਾਰ ਚੱਲ ਰਹੇ ਹੋ ਅਸੀਂ ਤੁਹਾਡੇ ਨਾਲ ਖੈਰ ਆਪਾਂ ਅਗਲਾ ਸਵਾਲ ਹੈ ਛੋਟਾ ਹੀ ਰੱਖਾਂਗੇ ਸੇਤ 70% ਦੀ 76% ਦੀ 2000 ਦੇ 2.72 ਲੱਖ ਕਰੋੜ ਦੀ ਵੈਲਿਊ ਵਾਲੇ ਨੋਟ ਵਾਪਸ ਆਉਣ ਦੀ ਖਬਰ ਹੈ ਨੋਟ ਬਦਲਨੇ ਬੰਦ ਕਰਨ ਵਾਲੀ ਬੀਜੇਪੀ ਨੇਤਾ ਅਸ਼ਵਨੀ ਉਪadhyay ਨੇ ਪਟੀਸ਼ਨ ਜਿਹੜੀ ਕੀਤੀ ਸੀ ਉਹ ਖਾਦ ਸੁਪਰੀਮ ਨੇ ਕੀਤੀ ਹੈ ਕੀ ਕਹਿਣਾ ਚਾਹੋਗੇ ਹਾਂ ਚਾਵਲਾ ਸਾਹਿਬ ਅਸਲ ਵਿੱਚ 76% ਨੋਟ 2000 ਦੇ ਆ ਚੁੱਕੇ ਆ ਬੈਂਕਾਂ ਦੇ ਵਿੱਚ ਵਾਪਸ ਹੋ ਚੁੱਕੇ ਆ ਜਿੱਦਿਕੇ ਵੈਲਿਊ 2.72 ਲੱਖ ਕਰੋੜ ਬਣਦੀ ਆ ਇਹ ਕਾਫੀ ਵੱਡਿਆ ਅੱਜ ਕਾਫੀ ਰਹਿੰਦੇ ਵੀ ਆ ਮਾਰਕੀਟ ਦੇ ਵਿੱਚ ਇਹ 30 ਸਤੰਬਰ ਤੱਕ ਉਹਨਾਂ ਨੇ ਕਿਹਾ ਕਿ 30 ਸਤੰਬਰ ਤੱਕ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਤੇ ਫਿਰ ਵੀ ਜਿਹੜਾ ਇਹ ਅਸ਼ਵਨੀ ਸੀਗਾ ਜੀ ਬੀਜਪੀ ਵਾਲੇ ਨੇਤਾ ਇਹਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਈ ਸੀਗੀ ਐਡਵੋਕੇਟ ਵੀ ਆ ਇਹਨੇ ਪਟੀਸ਼ਨ ਪਾਈ ਸੀਗੀ ਪਟੀਸ਼ਨ ਪਾ ਕੇ ਇਸ ਨੇ ਮੰਗ ਕੀਤੀ ਸੀ ਕਿ ਜੇ 2000 ਦੇ ਨੋਟ ਬੈਂਕਾਂ ਦੇ ਵਿੱਚ ਜਮ੍ਹਾਂ ਕਰਨ ਵੇਲੇ ਤਾਂ ਉਹਦਾ ਸਨਾਕਤ ਲਈ ਜਾਵੇ ਨਾਲ ਸਨਾਖਤ ਨਾਲ ਲਈ ਜਾਵੇ 2000 ਨੋਟ ਜਮ੍ਹਾਂ ਕਰਨ ਵੇਲੇ ਬੰਦੇ ਤੋਂ ਪੁੱਛੀ ਚ ਕਿ ਪੀ ਜਾਵੇ ਐਦਾਂ ਨਾ ਨੋਟ ਕ ਜਵਾ ਕਰਾਇਆ ਜਾਣਾ ਤਾਂ ਉੱਥੇ ਸੁਪਰੀਮ ਟਾੜੀ ਪਾਈ ਉਹ ਕਿਹਾ ਕਿ ਭਾਵੇਂ ਤੇ ਜਿਹੜਾ ਤੁਸੀਂ ਆਪਾਂ ਜੇ ਹੁਣ ਸਨਾਖਤ ਲੈਣ ਲੱਗੇ ਰਿੰਗ ਬੰਦੇ ਦੀ ਤਾਂ ਬਹੁਤ ਵੱਡੀ ਪ੍ਰੋਬਲਮ ਆ ਜਾਣੀ ਖੜੀ ਇਹ ਤੁਸੀਂ ਐਦਾਂ ਨਹੀਂ ਕਰਨਾ ਜਿਵੇਂ ਚੱਲ ਰਿਹਾ ਐਦਾਂ ਹੀ ਚੱਲੇਗਾ ਇਹ 2000 ਦੇ ਨੋਟ ਐਦਾਂ ਹੀ ਬਦਲੇ ਜਾਣਗੇ ਸਨਾਖਤ ਦੀ ਕੀ ਲੋੜ ਹੈ 2000 ਨੋਟ ਸਾਹਮਣੇ ਪਿਆ ਤਾਂ ਆ ਗਿਆ ਸਾਹਮਣੇ ਪਿਆ ਉਹਦਾ ਉਹਦਾ ਬਦਲ ਦੋ ਬਸ ਉਹਦਾ ਉਹਦੇ ਕੋਲ ਹੱਥ ਚ ਤੇ ਉਹ ਸੁਪਰੀਮ ਕੋਰਟ ਦੀ ਅਰਜੀ ਖਾਰਜ ਸੀ ਜਮਾਰ ਤੇਰਾ 120 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਮਨੀਪੁਰ ਵਿੱਚ ਕੁੱਕੀ ਤੇ ਮੈਤੇਈ ਸਮਾਜਦਾਰਾ ਆਪਸ ਵਿੱਚ ਜਿਸ ਤਿੱਕੇ ਨਾਲ ਲੜਾਈਆਂ ਕਰ ਰਹੇ ਨੇ ਇਹ ਤਾਂ ਬਹੁਤ ਵੱਡੀ ਖਬਰ ਹੈ ਇੱਕ ਜਿਹੜੀ ਮੈਂ ਪੜ ਰਿਹਾ ਸਾਂ ਕਿ ਇੱਕ ਦੂਜੇ ਦੇ ਖਿਲਾਫ ਹੁਣ ਬੰਕਰ ਬਣਾ ਲਏ ਨੇ ਉਹਨਾਂ ਨੇ ਉਹਨਾਂ ਬੰਕਰਾਂ ਦੇ ਵਿੱਚੋਂ ਬਾਹਰ ਨਿਕਲਦੇ ਲੜਦੇ ਨੇ ਇੱਕ ਦੂਜੇ ਦੇ ਫਾਇਰਿੰਗ ਕਰਦੇ ਨੇ ਫਟੜ ਹੁੰਦੇ ਨੇ ਮਾਰੇ ਵੀ ਜਾਂਦੇ ਨੇ ਬੰਕਰ ਬਣਾ ਕੇ ਇੱਕ ਦੇਸ਼ ਦੇ ਵਿੱਚ ਦੋ ਗਰੁੱਪ ਜਿਹੜੇ ਨੇ ਬੰਕਰਤਾ ਸਰਕਾਰ ਬਣਾਉਂਦੀ ਹੁੰਦੀ ਹੈ ਫੌਜ ਬਣਾਉਂਦੀ ਹੁੰਦੀ ਹੈ ਇੱਕ ਦੂਜੇ ਦੇ ਹਾਂਜੀ ਦੇਸ਼ਾਂ ਦੇ ਜਿਹੜੇ ਸਲਾਰ ਬਣਾਉਂਦੇ ਹੁੰਦੇ ਨੇ ਫੌਜੀ ਬਣਾਉਂਦੇ ਹੁੰਦੇ ਨੇ ਸਰਕਾਰ ਦੀ ਸੁਪਰੀਮ ਕੋਰਟ ਵਿੱਚ ਸਟੇਟਸ ਰਿਪੋਰਟ ਹੈ ਮਈ ਵਿੱਚ 10 ਮੋਤਾਂ ਕੁੱਲ ਮੋਤਾਂ ਕਾਫੀ ਹੋਈਆਂ ਨੇ ਸਰਕਾਰ ਨੇ ਕਿਹਾ 42 ਮੋਤਾਂ ਲਗਭਗ 6000 ਕੇਸ ਦਰਜ ਕਾਫੀ ਕਾਫੀ ਉੱਥੇ ਨਾ ਮਨੀਪੁਰ ਦੇ ਵਿੱਚ ਨਾ ਜੀ ਕਾਫੀ ਤਾਂ ਅਸਲ ਵਿੱਚ ਸੁਪਰੀਮ ਕੋਰਟ ਨੇ ਨਾ 스테ਟਸ ਰਿਪੋਰਟਸ ਪੇਸ਼ ਕਰਨ ਵਾਸਤੇ ਕਿਹਾ ਸੀ ਉਹਨਾਂ ਨੂੰ ਹਮਮ ਸਰਕਾਰ ਨੇ ਤੁਸੀਂ ਆਪਣੇ 스테ਟਸ ਰਿਪੋਰਟ ਪੇਸ਼ ਕਰੋ ਜਦੋਂ 스테ਟਸ ਰਿਪੋਰਟ ਗਈ ਉੱਤੇ ਇੱਕ ਪੱਖ ਤਾਂ ਵਕੀਲਤਾ ਪੱਖੇ ਕਹਿੰਦਾ 10 ਮੁੱਤਾਂ ਹੋ ਜਾਂਦੇ ਜੀ 110 ਦੇ 10 ਮੁੱਤਾਂ ਮਈ ਚ ਹੋ ਜਾਂਦੇ 110 ਕੁੱਲ ਹੋ ਗੀਆਂ ਪਰ ਸਰਕਾਰ ਦੀ ਰਿਪੋਰਟ ਜਦੋਂ ਗਈ ਉਹਦੇ ਵਿੱਚ ਬਹੁਤ ਜ਼ਿਆਦਾ ਸਾਹਮਣੇ ਆ ਗਈਆਂ 142 ਆ ਹੋ ਚੁੱਕੀਆਂ ਨੇ ਅਜੇ ਲਗਾਤਾਰ ਮੁੱਤਾਂ ਹੋ ਰਹੀਆਂ ਲੋਕ ਬੰਕਰ ਬਣਾ ਕੇ ਬੈਠੇ ਆ ਕਬੂਜੀ ਦੇ ਕਲਾਬ ਗਨ ਅਸਲੇ ਕਾਫੀ ਉਥੇ ਨਾਲ ਨਹੀਂ ਫਿਰਦੇ ਜਿਹੜਾ ਬੰਦਾ ਬਾਹਰ ਨਿਕਲਦਾ ਤੇ ਉਹ ਕਹਿੰਦੇ ਨੇ ਕੁੱਕੀ ਕੁੱਕੀ ਆ ਕੇ ਮਾਰਦੇ ਜਿਵੇਂ ਨਾ ਕੋਈ ਬਾਹਰ ਜੇ ਕੋਈ ਜਿਵੇਂ ਹੁੰਦਾ ਨਾ ਕੋਈ ਬੰਦਾ ਆ ਗਿਆ ਦੁਸ਼ਮਣ ਆ ਗਿਆ ਜਾਂ ਕੋਈ ਸ਼ੇਰ ਆ ਗਿਆ ਜਾਂ ਕੋਈ ਆ ਗਿਆ ਬਾਹਰ ਜੀ ਗੋਲੀ ਮਾਰਦੇ ਏਦਾਂ ਮਤਲਬ ਕਿ ਬੰਦਾ ਬਾਹਰ ਆ ਗਿਆ ਕੁੱਕੀ ਗੋਲੀ ਮਾਰਦੇ ਗੋਲੀ ਮਾਰੀ ਜਾਂਦੇ ਆ ਤੇ ਬੇਸ਼ੱਕ ਕੇਸ 5995 ਦਰਜ ਹੋ ਚੁੱਕੇ ਆ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ ਪਰ ਫਿਰ ਵੀ ਅਜੇ ਤੱਕ ਠੰਡਕ ਨਹੀਂ ਆ ਰਹੀ ਮਨੀਪੁਰ ਦੇ ਵਿੱਚ ਮੋਦੀ ਜੀ ਦੀ ਮੀਟਿੰਗਾਂ ਮੀਟਿੰਗਾਂ ਕਰਕੇ ਹੰਬ ਗਏ ਨੇ ਅਮਿਤ ਸ਼ਾਹ ਵੀ ਜਾ ਚੁੱਕੇ ਨੇ ਰਾਹੁਲ ਗਾਂਧੀ ਵੀ ਜਾ ਆਏ ਨੇ ਉੱਥੇ ਤੇ ਪਰ ਪਤਾ ਨਹੀਂ ਅਜੇ ਇੱਕ ਦਿਨ ਇਹ ਵੀ ਹੋਗਾ ਸੀਗਾ ਜੀ ਮੁੱਖ ਮੰਤਰੀ ਅਸਤੀਫਾ ਦੇ ਰਹੇ ਨੇ ਉੱਥੇ ਦਾ ਤੇ ਪਰ ਫਿਰ ਅਸਤੀਫਾ ਵਾਪਸ ਹੋ ਗਿਆ ਸੀਗਾ ਅਜੇ ਤੱਕ ਸ਼ਾਂਤੀ ਨਹੀਂ ਹੋਈ ਮਨੀਪੁਰ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਾਥੀ ਕਾ ਸਾਹਿਬ ਸ੍ਰੀ ਕ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ